ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਲੈ ਕੇ ਆਇਆ ਆਪਣੀਆਂ ਬੀਬੀਆਂ ਵਾਲੇ ਖਾਸ ਪ੍ਰੋਗਰਾਮ। ਅੱਜ ਆਪਾਂ ਸਟੂਡੀਓ ਦੇ ਵਿੱਚ ਹੈ ਨਹੀਂ, ਅਸੀਂ ਆਇਆ ਮੇਰੇ ਘਰ। ਜੇ ਆਪਾਂ ਗੱਲ ਕਰੀਏ, ਬਹੁਤੇ ਜਣਿਆਂ ਨੂੰ ਇਹ ਗੱਲ ਪਤਾ ਨਹੀਂ ਹੋਊਗਾ ਕਿ ਜੇ ਮੈਂ ਆਪਣੀ ਫਾਦਰ ਅਤੇ ਮਦਰ ਦੀ ਗੱਲ ਕਰਾਂ ਕਿ ਮੇਰੇ ਫਾਦਰ ਅਤੇ ਮਦਰ ਜੀ ਜਿਹੜੇ ਉਹ ਕਾਫੀ ਫੈਸ਼ਨ ਇੰਡਸਟਰੀ ਦੇ ਵਿੱਚ ਰਹੇ ਆ ਯੂਕੇ ਦੇ ਵਿੱਚ। ਜੇ ਆਪਾਂ ਗੱਲ ਕਰੀਏ ਉਹਨਾਂ ਕੋਲ ਸੋਹਲ ਰੋਡ 'ਤੇ ਵੀ ਜਿਹੜਾ ਬਹੁਤ ਸਮਾਂ ਪਹਿਲਾਂ ਉਹਨਾਂ ਕੋਲ ਇੱਕ ਦੁਕਾਨ ਹੁੰਦਾ ਸੀ ਜਿਸ ਦਾ ਨਾਮ ਹੁੰਦਾ ਸੀ ਹਾਰਟ ਪ੍ਰਿੰਸ, ਮੇਰੇ ਨਾਂ ਦੇ ਪਿੱਛੇ ਉਹਨਾਂ ਦਾ ਜਿਹੜਾ ਇੱਕ ਫੈਸ਼ਨ ਡਿਜ਼ਾਈਨਰ ਜਿਹੜਾ ਕੰਪਨੀ ਹੁੰਦਾ ਸੀ। ਸੋ ਜੇ ਆਪਾਂ ਗੱਲ ਕਰੀਏ ਕੁਝ ਪਰਸਨਲ ਕਾਰਨਾਂ ਕਰਕੇ ਉਹ ਜਿਹੜੇ ਉਹਨਾਂ ਨੇ ਆਪਣਾ ਆਪਾਂ ਕਹਿ ਸਕਦੇ ਬਿਜ਼ਨਸ ਉਹਨੇ ਸੈਪਰੇਟ ਕਰ ਦਿੱਤਾ ਸੀ। ਪੜ੍ਹ ਕੇ ਜੇ ਆਪਾਂ ਗੱਲ ਕਰੀਏ ਆਏ ਹਾਂ ਮੇਰੇ ਘਰ, ਮੇਰੇ ਘਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬੀਬੀਆਂ ਦਾ ਸਭ ਤੋਂ ਮਨਪਸੰਦ ਚੀਜ਼। ਜੇ ਆਪਾਂ ਗੱਲ ਕਰੀਏ ਉਹ ਕੀ ਹੋ ਸਕਦਾ, ਅੱਜ ਮੈਂ ਕੀ ਪਾਇਆ, ਇਹ ਇਹੀ ਆ ਜੋ ਮੈਂ ਤੇ ਜਿਹੜੀ ਗੱਲਬਾਤ ਇਹਦੇ ਬਾਰੇ ਜਿਹੜੀ ਗੱਲ ਕਰਦੀ ਪਈ ਹਾਂ। ਸੋ ਤੁਹਾਨੂੰ ਦਿਖਾਵਾਂਗੇ ਇਸ ਸਮੇਂ ਜੇ ਆਪਾਂ ਗੱਲ ਕਰੀਏ ਸਭ ਤੋਂ ਜਿਹੜੇ ਲੇਟੈਸਟ ਟ੍ਰੈਂਡ ਵਾਲੇ ਜਿਹੜੇ ਸੂਟ ਹੈਗੇ ਆ, ਜੂਲਰੀ, ਜੇ ਆਪਾਂ ਪੰਜਾਬੀ ਜੁੱਤੀਆਂ ਦੀ ਵੀ ਗੱਲ ਕਰੀਏ। ਸਾਡੀ ਇਹ ਕੋਸ਼ਿਸ਼ ਆ ਕਿ ਮੈਂ ਚਾਹੁੰਦੀ ਸੀ ਕਿ ਆਪਾਂ ਆਪਣੇ ਦਰਸ਼ਕਾਂ ਲਈ, ਖਾਸ ਕਰਕੇ ਬੀਬੀਆਂ ਲਈ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਆਵਾਂ ਜਿਸ ਦੇ ਵਿੱਚ ਆਪਾਂ ਫੈਸ਼ਨ, ਸੂਟਾਂ ਅਤੇ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਜੂਲਰੀ ਵਾਲੀ ਜਿਹੜੀ ਆਪਾਂ ਜਿਹੜੀ ਗੱਲਬਾਤ ਕਰੀਏ ਅਤੇ ਤੁਹਾਨੂੰ ਦਿਖਾਈਏ ਇਸ ਸਮੇਂ ਕੀ ਰਿਵਾਜ ਵਿੱਚ ਆ, ਕੀ ਟ੍ਰੈਂਡਸ ਦੇ ਵਿੱਚ ਆ। ਸੋ ਤੁਹਾਨੂੰ ਦਿਖਾਵਾਂਗੇ ਅੰਦਰ ਕੀ ਹੈਗਾ ਸਾਡੇ ਕੋਲ, ਅਤੇ ਤੁਸੀਂ ਕਾਲ ਕਰਕੇ ਜ਼ਰੂਰ ਸਟੂਡੀਓ ਦੇ ਵਿੱਚ ਦੱਸਿਓ ਕਿ ਕੀ ਤੁਹਾਨੂੰ ਮੇਰਾ ਸੂਟ ਜਿਹੜਾ ਪਸੰਦ ਆਇਆ ਜਾਂ ਨਹੀਂ, ਜੇ ਕੀ ਮੇਰੀ ਜਿਹੜੀਆਂ ਵਾਲ ਜਿਹੜੀ ਮੇਰੀ ਵਾਲੀ ਜਿਹੜੀ ਮੈਂ ਪਾਈ ਆ ਹੁਣ ਉਹ ਤੁਹਾਨੂੰ ਪਸੰਦ ਆਇਆ ਜਾਂ ਨਹੀਂ। ਸੋ ਆਓ ਆਪਾਂ ਚੱਲਦੇ ਹਾਂ ਅੰਦਰ ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਸਾਡੇ ਕੋਲ ਘੜੇ ਕਿਹੜੀਆਂ ਕਿਹੜੀਆਂ ਸੂਟਾਂ ਹੈਗੀਆਂ ਜਿਹੜੀਆਂ ਨਵੀਆਂ ਚੱਲੀਆਂ ਹੋਈਆਂ ਰਿਵਾਜਾਂ ਦੇ ਵਿੱਚ, ਅਤੇ ਆਓ ਆਪਾਂ ਜਾਂਦੇ ਹਾਂ ਅੰਦਰ। ਹੈਲੋ ਮੰਮੀ, ਇਹ ਉਹ ਮੇਰੀ ਮੰਮੀ ਆ ਜਦੋਂ ਮੈਂ ਪੀਲਾ ਕਰਦੀ ਹੁੰਦੀ ਮੈਸੇਜ ਕਰ ਕਰਕੇ, ਕਹਿੰਦੀ ਕਿ ਤੂੰ ਕਿੱਥੇ ਚੱਲ ਗਈ, ਘਰ ਦੇ ਕੰਮ ਕੀਤੇ ਨੇ ਤੇ ਤੂੰ ਚਲੀ ਗਈ। ਸੋ ਇਹ ਮੇਰੀ ਮੰਮੀ ਜੀ, ਅੱਜ ਆਪਾਂ ਗੱਲ ਕਰੀਏ, ਬਹੁਤ ਨੂੰ ਨਹੀਂ ਪਤਾ ਕਿ ਮੇਰੀ ਮੰਮੀ ਕੌਣ ਹੈ, ਪਰ ਇਹ ਮੇਰੀ ਮੰਮੀ, ਤੇ ਇਹਦੇ ਨਾਲ ਆਪਾਂ ਦਿਖਾਵਾਂਗੇ ਕਿ ਅੱਜ ਇਸ ਸਮੇਂ ਕਿਹੜੇ ਕਿਹੜੇ ਸੂਟ ਜਾਂ ਕਿਹੜੀ ਕਿਹੜੀ ਜੂਲਰੀ ਜਾਂ ਪੰਜਾਬੀ ਜੁੱਤੀਆਂ ਜਿਹੜੀਆਂ ਬਹੁਤ ਹੀ ਜ਼ਿਆਦਾ ਫੈਸ਼ਨ ਦੇ ਵਿੱਚ ਹੈਗੀਆਂ, ਕਿਉਂਕਿ ਗਏ ਸੀ ਪੰਜਾਬ ਅਤੇ ਆਪਾਂ ਕਹਿ ਸਕਦੇ ਸਪਲਾਈ ਦੇ ਨਾਲ ਚੀਜ਼ਾਂ ਚੂਜ਼ਾਂ ਲੈ ਕੇ ਆਏ ਆ। ਸੋ ਦੇਖਦੇ ਹਾਂ ਇਸ ਸਮੇਂ ਫੈਸ਼ਨ ਦੇ ਵਿੱਚ ਕੀ ਚੱਲਦਾ ਪਿਆ ਰਿਵਾਜ ਵਿੱਚ। ਸੋ ਦਿਖਾਓ ਮੰਮੀ ਕੀ ਹੈਗਾ ਤੁਹਾਡੇ ਕੋਲ। ਓਕੇ ਕਿਰਨ, ਅੱਜ ਮੈਂ ਤੁਹਾਨੂੰ ਦਿਖਾਉਂਗੀ ਲੇਟੈਸਟ ਕਲੈਕਸ਼ਨ ਆਫ ਆਪਣੀ ਜੂਲਰੀ ਜਿਹੜੀ ਆਪਣੇ ਕੋਲ ਹੈਗੀ ਆ ਨਾ। ਜਿੱਦਾਂ ਤੁਹਾਨੂੰ ਪਤਾ ਹੈ ਕਿ ਮੈਂ ਥੋੜ੍ਹੇ ਦਿਨ ਪਹਿਲਾਂ ਕਲੈਕਸ਼ਨ ਕਰਨ ਗਈ ਸੀ ਪੰਜਾਬ, ਤੇ ਨਵੀਆਂ ਨਵੀਆਂ ਚੀਜ਼ਾਂ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ। ਅੱਛਾ ਜੀ, ਤਾਂ ਜਿਹੜੇ ਤੂੰ ਮੇਰੇ ਟੀਚੀ ਦੇ ਵਿੱਚੋਂ ਕੱਢ ਕੱਢ ਕੇ ਸੂਟ ਸੋਹਣੇ ਸੋਹਣੇ ਪਾਉਂਦੀ ਹੁੰਦੀ ਆ, ਮੰਮੀ ਡਿਜ਼ਾਈਨ ਕਰਕੇ ਦਿੰਦੀ ਹੁੰਦੀ ਹੈ, ਠੀਕ ਹੈ? ਇਹ ਤਾਂ ਹੈ, ਸਟਿਚਿੰਗ ਦੇ ਵਿੱਚ ਵੀ ਮੈਂ ਤੁਹਾਨੂੰ ਆਪਣੀ ਕੁਆਲਿਟੀ ਦਿਖਾ ਦੂੰਗੀ ਬਾਅਦ ਵਿੱਚ, ਐਂਡ ਸਾਰੇ ਆਪਣੇ ਕੋਲ ਸੂਟਸ ਹੈਗੇ ਆ ਲੂਜ਼ ਫੈਬਰਿਕਸ, ਐਂਡ ਆਰਡਰ ਤੇ ਸਟਿਚ ਵੀ ਕਰਵਾ ਦਿੰਦੇ ਤੁਹਾਡੇ ਕੋਲ ਆਪਣੇ ਕੋਲ ਟੇਲਰ ਹੈਗੇ ਆ, ਅਕੋਰਡ ਯੂ ਨੋ ਆਪਾਂ ਇਨ ਹਾਊਸ ਪ੍ਰੋਡਕਸ਼ਨ ਗੋਇੰਗ ਔਨ ਬੈਕ ਹੋਮ, ਤੇ ਜੂਲਰੀ ਇੱਧਰ ਹੈਗੀ ਆਪਣੇ ਕੋਲ ਸਾਰਾ, ਥੋੜ੍ਹਾ ਥੋੜ੍ਹਾ ਆਪਾਂ ਸਾਰਾ ਕੁਛ ਅੱਜ ਦਿਖਾ ਦਿੰਦੇ ਹਾਂ ਨਾ ਇੰਟਰੋਡਕਸ਼ਨ ਵਾਸਤੇ, ਦੈਨ ਓਬਵੀਅਸਲੀ ਇਨ ਦ ਨੈਕਸਟ ਸ਼ੋਜ਼ ਆਪਾਂ ਸਾਰਾ ਕੁਛ ਪ੍ਰੋਪਰਲੀ ਵੀ ਦਿਖਾਵਾਂਗੇ ਹੈ ਨਾ। ਫਿਊ ਪੀਸਿਸ ਮੈਂ ਤੁਹਾਨੂੰ ਆਪਣੇ ਲੂਜ਼ ਫੈਬਰਿਕਸ ਦੇ ਵਿੱਚ ਦਿਖਾਉਂਦੀ ਹਾਂ, ਐਂਡ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਮੈਂ ਹਮੇਸ਼ਾ ਕੁਆਲਿਟੀ ਵਰਕ ਦੇ ਨਾਲ ਪ੍ਰਿਫੇਅਰ ਕਰਦੀ ਕੰਮ ਕਰਨਾ, ਮੈਂ ਕੁਆਂਟਿਟੀ ਨਾਲੋਂ ਕੁਆਲਿਟੀ ਪ੍ਰਿਫੇਅਰ ਕਰਦੀ ਹਾਂ, ਐਂਡ ਫੈਬਰਿਕਸ ਐਂਡ ਲਿਟਲ ਸਟਿਚਿੰਗ ਥਿੰਗਸ ਯੂ ਨੋ ਥੋੜ੍ਹੀਆਂ ਥੋੜ੍ਹੀਆਂ ਫਿਨਿਸ਼ਿਸ ਐਂਡ ਟੱਚਿਸ ਮੈਨੂੰ ਬਹੁਤ ਮਾਇਨੇ ਕਰਦੀਆਂ ਮੇਰੇ ਵਾਸਤੇ ਹੈ ਨਾ। ਆਈ ਡੋਂਟ ਲਾਈਕ ਟੂ ਬੀ ਲਾਈਕ ਵਰਕਿੰਗ ਜਸਟ ਔਨ ਚੀਪ ਸਟਿਚਿੰਗ ਐਂਡ ਥਿੰਗਸ ਲਾਈਕ ਦਿਸ ਹੈ। ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਫਿਊ ਪੀਸਿਸ ਹੈ ਲੇਟੈਸਟ ਪੀਸਿਸ, ਐਂਡ ਆਮ ਸ਼ੋਰ ਤੁਸੀਂ ਪਸੰਦ ਕਰੋਗੇ। ਹੁਣ ਮੈਂ ਤੁਹਾਨੂੰ ਥੋੜ੍ਹੇ ਇੱਕ ਲੇਟੈਸਟ ਫੈਸ਼ਨ ਵਾਲੇ ਪੀਸਿਸ ਦਿਖਾਉਂਦੀ ਹਾਂ ਵਿਦ ਸਮ ਨਾਈਸ ਪ੍ਰਿਟੀ ਦੁਪੱਟਾ ਸੀ। ਵਟ ਕਲਰ ਵੁੱਡ ਯੂ ਵਾਂਟ ਟੂ ਸੀ ਕਿਰਨ? ਫਸਟ ਆਫ ਆਲ ਸ਼ੈਲ ਆਈ ਸ਼ੋ ਯੂ ਐਗਜੈਕਟਲੀ ਸੇਮ ਐਜ਼ ਵਟ ਆਮ ਵੇਅਰਿੰਗ ਇਨ ਡਿਫਰੈਂਟ ਕਲਰ, ਔਰ ਯੂ ਵਾਂਟ ਟੂ ਸੀ ਸਮਥਿੰਗ ਡਿਫਰੈਂਟ? ਆਪਾਂ ਦੇਖਦੇ ਹਾਂ, ਕਿਉਂਕਿ ਮੈਂ ਅੱਜ ਗ੍ਰੀਨ ਪਾਇਆ, ਗ੍ਰੀਨ ਦੇ ਨਾਲ ਦੇਖਦਾ ਕਿ ਇਸ ਗ੍ਰੀਨ ਦੇ ਨਾਲ ਕਿਹੜਾ ਪੀਸ ਮੁਕਾਬਲੇ ਵਿੱਚ ਪੈਂਦਾ। ਆਈ ਥਿੰਕ ਇਹ ਗ੍ਰੀਨ ਦੇ ਨਾਲ ਤਾਂ ਕੋਈ ਵੀ ਨਹੀਂ ਹੈਗਾ, ਇਟਸ ਰੀਲੀ ਪ੍ਰੀਟੀ ਪੀਸ ਯੂ ਚੋਸ ਯਾ। ਚਲੋ ਠੀਕ ਆ, ਆਪਣੇ ਸਭ ਤੋਂ ਤੁਸੀਂ ਇਦਾਂ ਦਿਖਾਓ ਕਿ ਤੁਹਾਡਾ ਸਭ ਤੋਂ ਫੇਵਰਿਟ ਪੀਸ ਕਿਹੜਾ ਆ। ਸਾਰੇ ਮੇਰੇ ਫੇਵਰਿਟ ਪੀਸ ਹੈ, ਓਕੇ,
ਆਪਾਂ ਸਟਾਰਟ ਕਰਦੇ ਹਾਂ। ਇਹ ਵਾਲਾ ਪੀਸ ਹੈਗਾ ਆ ਉਹ ਥਰੈਡ ਵਰਕ ਗੋਟਾ ਪੱਤੀ ਵਰਕ ਐਂਡ ਇਹਦੇ ਵਿੱਚ ਹੈਗਾ ਆ ਸ਼ੀਸ਼ਾ ਵਰਕ ਐਜ਼ ਵੈਲ ਐਂਡ ਸਮ ਰੀਲੀ ਰੀਲੀ ਪ੍ਰੀਟੀ ਬੰਬਲ ਲੱਗੇ ਇਹਦੇ ਦੁਪੱਟੇ ਦੇ ਉੱਪਰ, ਹੈ ਨਾ। ਰੀਅਲੀ ਆਈਡੀਅਲ ਪੀਸ ਫੋਰ ਜਾਗੋ ਓ ਫੋਰ ਐਨੀ ਆਫ ਦ ਫੰਕਸ਼ਨਸ, ਇਹ ਤੁਸੀਂ ਪਾ ਸਕਦੇ ਇਹਨੂੰ। ਕਿਰਨ ਆਹ ਦੇਖੋ ਤੁਸੀਂ ਕੁਆਲਿਟੀ ਐਂਡ ਫਿਨਿਸ਼ਿੰਗ ਐਂਡ ਦੁਪੱਟਾ, ਦੁਪੱਟਾ ਮੈਂ ਤੁਹਾਨੂੰ ਦਿਖਾਉਂਦੀ ਹਾਂ। ਇਹ ਪਹਿਲਾਂ ਤਾਂ ਦੁਪੱਟਾ, ਠੀਕ ਹੈ ਜੀ। ਬੰਬਲ ਓਨ ਦ ਬੋਟਮ, ਇਹ ਲੁਕਸ ਰੀਲੀ ਰੀਲੀ ਨਾਈਸ। ਓਕੇ, ਇੱਕ ਆਹ ਵਾਲਾ ਪੀਸ ਹੈਗਾ ਆ, ਬਲੈਕ ਵੀ ਨਹੀਂ ਹੈਗਾ, ਨੇਵੀ ਵੀ ਨਹੀਂ ਹੈਗਾ, ਆਪਾਂ ਇਹਨੂੰ ਕਲਰ ਨੂੰ ਕਹਿੰਦੇ ਹੈਗੇ ਹਾਂ ਮਿਡ ਨਾਈਟ ਬਲੂ ਹੈ। ਰੀਲੀ ਨਾਈਸ ਬੋਰਡਰ ਇਹਦਾ ਘੇਰਾ, ਹੈਵੀ ਘੇਰਾ ਬਣਿਆ ਹੋਇਆ, ਇਹਦੇ ਨਾਲ ਪਲੇਨ ਬੋਟਮ ਆਊਗਾ। ਪਲੇਨ ਬੋਟਮ ਤੁਸੀਂ ਪਜਾਮੀ ਬਣਵਾ ਸਕਦੇ ਹਾਂ, ਸਲਵਾਰ ਬਣਾ ਸਕਦੇ ਹਾਂ, ਹੁਣ ਟਰਾਊਜ਼ਰਸ ਦਾ ਵੀ ਬਹੁਤ ਫੈਸ਼ਨ ਹੈਗਾ ਆ, ਟਰਾਊਜ਼ਰਸ ਵੀ ਆਪਾਂ ਬਣਵਾ ਸਕਦੇ ਹਾਂ। ਪਰ ਸਪੈਸ਼ਲਿਟੀ ਇਸ ਪੀਸ ਦੀ ਹੈਗੀ ਇਹਦਾ ਦੁਪੱਟਾ, ਬਹੁਤ ਬਹੁਤ ਅਤੇ ਬਹੁਤ ਪ੍ਰੀਟੀ ਦੁਪੱਟਾ, ਮੈਂ ਤੁਹਾਨੂੰ ਦਿਖਾਉਂਦੀ ਕਿਰਨ। ਇਹ ਲਓ ਇੱਕ ਮਿੰਟ, ਹਾਂਜੀ, ਇਹਦਾ ਦੁਪੱਟਾ ਵੀ ਦਿਖਾਉਂਦੀ, ਠੀਕ ਹੈ। ਪੀਕੋਕਸ ਬਣੇ ਹੋਏ ਦੁਪੱਟੇ ਦੇ ਐਂਡ ਦੇ ਉੱਪਰ ਐਂਡ ਬਰਾਊਨ ਦੇ ਨਾਲ, ਆਪਾਂ ਕਈ ਵਾਰੀ ਇਮੇਜਿਨ ਨਹੀਂ ਕਰ ਸਕਦੇ ਕਿ ਇਹਦੇ ਨਾਲ ਬਰਾਊਨ ਕਿੱਦਾਂ ਲੱਗੂਗਾ ਨਾ, ਪਰ ਬਹੁਤ 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 ਨਾਈਸ ਲੱਗਦਾ। ਤੁਹਾਨੂੰ ਕਿੱਦਾਂ ਲੱਗਿਆ? ਚੂੜੀ ਵੀ ਕਰ ਸਕਦੇ ਬਹੁਤ ਸੋਹਣਾ ਸ਼ੇਡ ਜ਼ਰੀ ਸਿਲਕ ਦੇ ਵਿੱਚ ਪੀਸ ਹੈਗਾ ਆਪਣੇ ਕੋਲ। ਜ਼ਰੀ ਬੋਰਡਰ ਜ਼ਰੀ ਸਿਲਕ ਕਹਿੰਦੇ ਇਹਨੂੰ, ਹੈ ਨਾ। ਇਹ ਵਾਲਾ ਤਾਂ ਦੁਪੱਟਾ ਹੈ, ਕਿਰਨ ਖੋਲ ਕੇ ਦੁਪੱਟਾ ਦੇਖੋ, ਬਹੁਤ ਸੋਹਣਾ ਦੁਪੱਟਾ। ਕਮੀਜ਼ ਦੇ ਘੇਰੇ ਦੇ ਉੱਪਰ ਬਹੁਤ ਸੋਹਣਾ ਕੰਮ ਹੋਇਆ ਆ, ਸ਼ੇਡਿਡ ਐਂਡ ਤਨਸ਼ੂਈ ਸਿਲਕ ਵੀ ਕਹਿ ਦਿੰਦੇ ਨੇ ਇਹਨੂੰ। ਇਹਦੇ ਨਾਲ ਪਲੇਨ ਸਲਵਾਰ ਆਊਗੀ ਜੀ, ਜਾਂ ਤੁਸੀਂ ਪਜਾਮੀ ਵੀ ਬਣਵਾ ਸਕਦੇ ਹੋ। ਇਹਨੂੰ ਜੇ ਆਪਾਂ ਇਹ ਸੂਟ ਲਈਏ ਤੇ ਇਹਦੇ ਨਾਲ ਆਪਾਂ ਕਿਹੜਾ ਜੂਲਰੀ ਆਪਾਂ ਇਹਦੇ ਨਾਲ ਨਾਈਸ ਦੀ ਮੈਚ ਕਰ ਸਕਦੇ ਹਾਂ? ਇਹਨਾਂ ਜੂਲਰੀ ਵੀ ਜਿਹੜਾ ਮੈਚ ਆਪਾਂ ਐਮਰਲਡ ਗ੍ਰੀਨ ਕਲਰ ਦੀ ਜੂਲਰੀ ਹੈ ਨਾ, ਮੈਚ ਕਰਕੇ ਦਿਖਾਉਂਦੇ ਹਾਂ ਨਾ, ਕੋਈ ਜੂਲਰੀ ਜਿਹੜਾ ਦਿਖਾ ਦਿਓ ਜਿਹਨਾਂ ਆਪਾਂ ਇਸ ਆਊਟਫਿਟ ਦੇ ਨਾਲ ਜਾਂ ਇਸ ਕੱਪੜੇ ਦੇ ਨਾਲ ਮੈਚ ਕਰ ਸਕਦੇ ਹਾਂ। ਜੂਲਰੀ ਇਹਦੇ ਨਾਲ ਜਾਊਗੀ ਬਹੁਤ ਨਾਈਸਲੀ ਜਾਊਗੀ, ਐਮਰਲਡ ਗ੍ਰੀਨ ਕਿਰਨ ਇਹ ਜਸਟ ਇੱਥੇ ਹੋਲਡ ਕਰੂੰਗੀ ਕਿ ਮੈਂ ਤੁਹਾਨੂੰ ਦਿਖਾਉਂਦੀ ਗ੍ਰੀਨ ਇਹਦੇ ਅਗੇਂਸਟ ਕਿੰਨਾ ਨਾਈਸ ਜਾਂਦਾ ਹੈ ਨਾ। ਹਾਂਜੀ ਠੀਕ ਹੈ, ਇਹਦੇ ਹੱਥ ਰੱਖਿਓ ਇੱਕ ਮਿੰਟ। ਹਾਂਜੀ ਸੋਰੀ ਪਲੀਜ਼, ਸੋਰੀ ਮੇਰੇ ਕੋਲ ਬਹੁਤ ਵਧੀਆ ਇਹ ਫੈਬਰਿਕ, ਕਾਫੀ ਡਿਫਰੈਂਟ ਹੈ ਜੀ ਆਪਾਂ ਗੱਲ ਕਰੀਏ, ਨਾਲੇ ਇਸ ਫੈਬਰਿਕ ਦੀ ਜਿਹੜੀ ਡੀਟੇਲ ਆ ਤੁਸੀਂ ਦੇਖ ਸਕਦੇ ਆ ਡੀਪਲੀ ਵੀ ਕਿੱਦਾਂ ਕਿੱਦਾਂ। ਸੋ ਦੇਖੋ ਗ੍ਰੀਨ ਕਿੰਨਾ ਇਹਦੇ ਨਾਲ ਲੁੱਟਦਾ ਨਾ, ਈਵਨ ਵੀ ਕੈਨ ਗੋ ਔਨ ਥੋੜਾ ਡਾਰਕ ਗ੍ਰੀਨ ਵੀ ਇਹਦੇ ਉੱਪਰ ਚਲ ਜਾਂਦਾ, ਐਮਰਲਡ ਗ੍ਰੀਨ ਦੇ ਵਿੱਚ ਵੀ ਆਪਣੇ ਕੋ ਨੈਕਲੇਸਿਸ ਦੇ ਵੀ। ਇਹ ਜਿਹੜੀ ਜੂਲਰੀ ਆ ਇਹ ਕੇਸ ਟਾਈਪ ਦੀ ਆ ਜਾਂ ਕੀ ਇਹਦੇ? ਸਾਰੀ ਜੂਲਰੀ ਜਿਹੜੀ ਆਪਾਂ ਉੱਤਰ ਕਰਦੇ ਆ ਉਹ ਹੈਗੀ ਸਿਲਵਰ ਬੇਸਡ, ਹੈ ਨਾ। ਹਾਂਜੀ, ਸਿਲਵਰ ਬੇਸ ਦੇ ਉੱਪਰ ਅਨਕਟ ਜੂਲਰੀ ਆ, ਕੁੰਦਨ ਵਰਕ ਕੀਤਾ ਹੋਇਆ ਆ, ਬੀਡਸ ਪਰਲਸ, ਬੈਟਰ ਕੁਆਲਿਟੀ ਫਾਈਨੈਸਟ ਕੁਆਲਿਟੀ ਆਪਾਂ ਹਮੇਸ਼ਾ ਯੂਜ਼ ਕੀਤੀ ਆ, ਹੈ ਨਾ, ਹਰ ਇੱਕ ਚੀਜ਼ ਦੇ ਉੱਪਰ ਕੰਪਰੋਮਾਈਜ਼ ਨਹੀਂ ਮੈਂ ਕਿਸੇ ਵੀ ਚੀਜ਼ ਦੇ। ਇਫ ਯੂ ਨੋ ਨੈਕਸਟ ਟੂ ਲਾਈਕ ਯੂ ਨੋ ਇਫ ਯੂ ਪੁੱਟ ਇਟ ਨੈਕਸਟ ਟੂ ਦੀ ਅਲੀ ਹੈ, ਤੁਸੀਂ ਫਿਨਿਸ਼ਿੰਗ ਸੋ ਕਾਫੀ ਆਪਾਂ ਕਹਿ ਸਕਦੇ ਇਹ ਰਿਚ ਤੇ ਰੀਅਲ ਜੂਲਰੀ ਆ, ਜਿਹਦਾ ਮਤਲਬ ਕਿ ਜਿੱਦਾਂ ਆਪਾਂ ਕਹਿ ਸਕਦੇ ਪ੍ਰਾਚੀਨ ਸਮਿਆਂ ਦੇ ਵਿੱਚ ਜਿਹੜਾ ਚੱਲਦਾ ਹੁੰਦਾ ਸੀ, ਹੈ ਨਾ। ਯੈਸ ਹੈ, ਹਾਂਜੀ, ਤੂੰ ਹਮੇਸ਼ਾ ਪ੍ਰਾਚੀਨ ਚੀਜ਼ਾਂ ਨੂੰ ਕੋਲ ਕੋ ਕੇ ਰੱਖਦੀ ਰਿਹਾ ਕਰ, ਸਾਰਾ ਸਮਾਨ ਸਾਈਡ ਤੇ ਰੱਖਦੀ ਰਿਹਾ ਕਰ, ਠੀਕ ਹੈ? ਠੀਕ ਹੈ ਜੀ, ਓਕੇ, ਇਹ ਬਹੁਤ ਵਧੀਆ। ਐਂਡ ਹੋਰ ਕੁਛ ਤੁਹਾਨੂੰ ਮੈਂ ਦਿਖਾਵਾਂ ਇੱਕ, ਮੰਮੀ ਆਪਣੇ ਨਾਲ ਦਾ ਵੀ ਸੂਟ ਦਿਖਾਓ, ਕੀ ਤੁਹਾਡੇ ਕੋਲ ਇਸ ਦੇ ਵਿੱਚ ਜਿਹੜਾ ਸੇਮ ਕਲਰ ਦੀ ਸੂਟ ਹੈਗੀ ਜਾਂ ਕੋਈ ਹੋਰ ਕਲਰ ਇਸ ਸੂਟ ਦੇ ਵਿੱਚ? ਹਾਂਜੀ, ਇਹਦੇ ਨਾਲ ਤਾਂ ਮੇਰੇ ਨਾਲ ਐਗਜੈਕਟਲੀ ਸੇਮ ਲੈਣਾ, ਐਗਜੈਕਟਲੀ ਸੇਮ, ਹਾਂਜੀ, ਇਹ ਰੰਗ ਹੈਗਾ ਤੁਹਾਡੇ ਕੋਲ ਕੋਈ ਹੋਰ ਜਾਂ ਇਹ ਸੇਮ? ਇਹਦੇ ਵਿੱਚ ਇੱਕ ਪੀਸ ਹੋਰ ਹੈਗਾ ਹੈ, ਉਹ ਕਲਰ ਨਹੀਂ ਸੇਮ ਹੈਗਾ, ਹੈ ਨਾ। ਪਹਿਲਾਂ ਮੈਂ ਤੁਹਾਨੂੰ ਜਿਹੜਾ ਕਲਰ ਤੁਸੀਂ ਸੇਮ ਕਿਉਂ ਨਹੀਂ ਰੱਖਦੇ,
ਕਰਕੇ ਸਪੈਸ਼ਲ ਭਿੰਦੀ ਇੱਕ ਲੇਡੀਜ਼ ਲਾਈਕ ਨਹੀਂ ਕਰਦੀਆਂ ਆਪਾਂ ਸਾਰੀਆਂ ਨਾ ਸਾਰੇ ਜਾਣੇ ਕੋਲ ਸੇਮ ਸੇਮ ਹੋਵੇ ਤਾਂ ਫਿਰ ਇੱਕ ਦੇ ਵਿੱਚ ਇੱਕ ਹੀ ਪੀਸ ਆਪਾਂ ਬਣਵਾਉਂਦੇ ਹੁੰਦੇ ਹਾਂ ਨਾ ਇੱਕ ਸਿਮਿਲਰ ਮੈਂ ਤੁਹਾਨੂੰ ਦਿਖਾਉਂਦੀ ਹਾਂ ਇਹਦੇ ਨਾਲ ਦਾ ਪੀਸ ਆਈ ਥਿੰਕ ਮੈਂ ਇਹਦੇ ਨਾਲ ਦਾ ਵੀ ਸਵਾਇਆ ਸੀ ਆਪਣੇ ਵਾਸਤੇ ਮੈਂ ਲੋਕੋਲ ਕੋ ਵੀ ਰੱਖ ਦਿੰਦੀ ਓਕੇ ਇਹ ਵਾਲਾ ਹੈਗਾ ਆ ਪਿਓਰ ਕਰੇਪ ਦੇ ਉੱਪਰ ਪ੍ਰਿੰਟਿਡ ਕੱਟ ਵਰਕ ਹੋਇਆ ਆ ਹਾਂਜੀ ਕਰੇਪ ਦੇ ਉੱਪਰ ਐਂਡ ਇਹਦਾ ਨੈਕ ਵੀ ਬਣਿਆ ਹੋਇਆ ਜੇ ਉੱਪਰੋਂ ਤੁਸੀਂ ਦਿਖਾ ਦੋਗੇ ਇੱਥੋਂ ਹਨਾ ਹਾਂਜੀ ਫਰੰਟ ਨੈਕ ਤੁਸੀਂ ਕਾਲਰ ਨੈਕ ਕੁੜਤਾ ਨੈਕ ਪੇਜ਼ਲੀ ਪ੍ਰਿੰਟ ਪੇਜ਼ ਇਜ਼ ਮਾਈ ਫੇਵਰਟ ਚੀਜ਼ ਹੈ ਨਾ ਆਈ ਲਵ ਪੇਜ਼ਲੀ ਪ੍ਰਿੰਟ ਐਜ਼ ਯੂ ਕੈਨ ਸੀ ਔਨ ਦਾ ਬਾਰਡਰ ਘੇਰੇ ਤੇ ਵੀ ਬਣੀ ਹੋਈ ਆ ਐਂਡ ਇਹਦਾ ਡਿਫਰੈਂਟ ਕਨਸੈਪਟ ਆਇਆ ਥੋੜਾ ਕਿ ਇਹ ਪੀਸ ਦੇ ਵਿੱਚ ਬੋਟਮ ਦੇ ਉੱਪਰ ਵੀ ਵਰਕ ਹੋਇਆ ਹੈ ਨਾ ਪਾਕਿਸਤਾਨੀ ਸਲਵਾਰ ਟਾਈਟ ਸਲਵਾਰ ਥੋੜੀ ਬਣਵਾ ਕੇ ਜਾਂ ਫਿਰ ਆਪਾਂ ਟਰਾਊਜ਼ਰ ਵੀ ਬਣਵਾ ਸਕਦੇ ਹਾਂ ਇਹਦੇ ਤੇ ਵੀ ਵਰਕ ਆਊਗਾ ਥੋੜੀ ਲੰਬੀ ਕਮੀਜ਼ ਦੇ ਨਾਲ ਨਾ ਪਾਕਿਸਤਾਨੀ ਸਟਾਈਲ ਏ ਲਾਈਨ ਦੇ ਵਿੱਚ ਟਾਈਟ ਸਲਵਾਰ ਦੇ ਨਾਲ ਆਪਾਂ ਬਣਵਾ ਸਕਦੇ ਹਾਂ ਐਂਡ ਇਹਦਾ ਦੁਪੱਟਾ ਮੈਂ ਤੁਹਾਨੂੰ ਦਿਖਾਉਂਦੀ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਹੈ ਕਿਰਨ ਹਾਂਜੀ ਇਹ ਦੁਪੱਟਾ ਦੇਖੋ ਇਹਦਾ ਕਿੰਨੇ ਸੋਹਣਾ ਪ੍ਰਿਟੀ ਡਿਜੀਟਲ ਪ੍ਰਿੰਟ ਆ ਐਂਡ ਪਿਓਰ ਕਰੇਪ ਦਾ ਦੁਪੱਟਾ ਸੋਰੀ ਪਿਓਰ ਸ਼ਿਫੋਨ ਦੇ ਬਹੁਤ ਡੈਲੀਕੇਟ ਆ ਹਨਾ ਬਹੁਤ ਡੈਲੀਕੇਟ ਵਰਕ ਹੈ ਐਲੀਗੈਂਟ ਹੈ ਨਾ ਹਾਂਜੀ ਸੋ ਕੁਆਲਿਟੀ ਬਹੁਤ ਫਾਈਨ ਆ ਪੂਰੇ ਪੀਸ ਦੀ ਹੈ ਨਾ ਐਂਡ ਇੱਕ ਮੈਂ ਹੁਣ ਤੁਹਾਨੂੰ ਪੀਸ ਹੋਰ ਦਿਖਾਉਂਗੀ ਐਗਜੈਕਟਲੀ ਸੇਮ ਮੇਰੇ ਵਾਲੇ ਪੀਸ ਦੇ ਨਾਲ ਦਾ ਠੀਕ ਹੈ ਐਂਡ ਕਲਰ ਵੀ ਇਹਦਾ ਬਹੁਤ ਸੋਹਣਾ ਆ ਇਹ ਤੁਸੀਂ ਕਹਿ ਸਕਦੇ ਹੋ ਆ ਗਿਆ ਆਪਣੇ ਕੋਲ ਲਾਈਕ ਮਿੰਟ ਗ੍ਰੀਨ ਕਲਰ ਤੁਸੀਂ ਕਹਿ ਸਕਦੇ ਇਸ ਆਪਣੇ ਨਾਲ ਲੱਗ ਰਿਹਾ ਹੈ ਆਊਟਫਿਟ ਦੀ ਸੇਮ ਤਾਂ ਆ ਵਧੀਆ ਆ ਕਲਰ ਵਧੀਆ ਲੱਗਦਾ ਤਾਂ ਮੈਨੂੰ ਵੀ ਹਾਂ ਐਕਚੁਅਲੀ ਯੂ نو ਵਾ ਮੈਨੂੰ ਵੀ ਆ ਸੋਹਣਾ ਲੱਗਾ ਸੀ ਪਹਿਲਾਂ ਮੈਂ ਸੋਚਿਆ ਆ ਸਵਾ ਲੈਂਦੀ ਹੈ ਨਾ ਇਹ ਆ ਟੌਪ ਆ ਨਾ ਇੱਕ ਮੀਜ਼ ਆ ਹਾਂਜੀ ਇਹ ਪਲੇਨ ਇਹਦੇ ਨਾਲ ਬੋਟਮ ਹੋਊਗਾ ਤੇ ਤੁਸੀਂ ਜੇ ਕਮੀਜ਼ ਨੂੰ ਵਾਓ ਕਿ ਦਿਖਾ ਦਿਓ ਆਦੇ ਘੇਰੇ ਦੇ ਉੱਪਰ ਕਿੰਨਾ ਸੋਹਣਾ ਵਰਕ ਹੋਇਆ ਆ ਤਾਂ ਮੈਂ ਹਾਂ ਮੰਮੀ ਮੇਰੇ ਲਈ ਕਿਉਂ ਨਹੀਂ ਇਦਾਂ ਦੇ ਸਮਾਕ ਲੈ ਕੇ ਆਉਂਦੀ ਹੁੰਦੀ ਓਕੇ ਆ ਇਹਦਾ ਪੂਰਾ ਫਰੰਟ ਬਣਿਆ ਆ ਪੂਰਾ ਫਰੰਟ ਦੇ ਉੱਪਰ ਫਲਾਵਰਸ ਉਹਦੇ ਉੱਤੇ ਡੋਲੀਆਂ ਜੀਆਂ ਬਣੀਆਂ ਆ ਥੋੜੇ ਡੀਅਰਸ ਬਣੇ ਆ ਪੰਛੀ ਮੈਨੂੰ ਇਦਾਂ ਚੀਜ਼ਾਂ ਬਹੁਤ ਡਿਫਰੈਂਟ ਡਿਫਰੈਂਟ ਰੀਗਲ ਚੀਜ਼ਾਂ ਬਹੁਤ ਮੈਨੂੰ ਪਸੰਦ ਆ ਹਨਾ ਐਂਡ ਮੈਂ ਹਮੇਸ਼ਾ ਉਹ ਟਰਾਈ ਕਰਦੀ ਹੁੰਦੀ ਮੈਂ ਮੇਰੇ ਕਲਾਇੰਟਸ ਵੀ ਉਹੀ ਚੀਜ਼ਾਂ ਪਾਉਂਦੇ ਹਨਾ ਐਂਡ ਡੈਫੀਨਟਲੀ ਕਮ ਬੋਥ ਰੀਗਲਿਟੀ ਜਿੱਦਾਂ ਇੱਥੇ ਇਹਨਾਂ ਪੀਸਾਂ ਤੇ ਮੈਂ ਗੱਲ ਕਹੂੰਗੀ ਕਿ ਇਹ ਸਿਰਫ ਉਹ ਪੀਸ ਨਹੀਂ ਜਿੱਤੇ ਜਿੱਦਾਂ ਆਪਾਂ ਕਹਿ ਸਕਦੇ ਪੂਰਾ ਬੈਚ ਪ੍ਰਿੰਟਿੰਗ ਹੁੰਦੀ ਹੈ ਇਸ ਦੇ ਵਿੱਚ ਐਕਚੁਅਲੀ ਬਹੁਤ ਜ਼ਿਆਦਾ ਡੈਲੀਕੇਟ ਹੈਂਡ ਵਰਕ ਵੀ ਹੈਗਾ ਜਿਹਨਾਂ ਨਾਲ ਆਪਾਂ ਕਹਿ ਸਕਦੇ ਕਿ ਪੀਸ ਦਾ ਇੱਕ ਕਲਾਸ ਬਣਦਾ ਕਿਉਂਕਿ ਕਈ ਚੀਜ਼ ਆਪਾਂ ਕਹਿ ਸਕਦੇ ਕਈ ਸੂਟ ਇੱਦਾਂ ਦੇ ਹੁੰਦੇ ਆ ਜਿੱਤੇ ਆਪਾਂ ਕਹਿ ਸਕਦੇ ਆ ਬੁਲਕ ਕੰਮ ਹੁੰਦਾ ਹੈ ਬਟ ਇਸ ਦੇ ਵਿੱਚ ਬੁਲਕ ਪ੍ਰਿੰਟ ਕਰਦੇ ਪਰ ਇਹਨਾਂ ਪੀਸਾਂ ਦੀ ਜਿਹੜੀ ਇੰਡੀਵਿਜੁਅਲਿਟੀ ਆ ਮੈਂ ਗੱਲ ਕਹੂੰਗੀ ਕਿ ਇੱਥੋਂ ਪਤਾ ਲੱਗਦਾ ਜਦੋਂ ਤੁਸੀਂ ਇਸ ਕੱਪੜੇ ਨੂੰ ਫੀਲ ਕਰਦੇ ਜਦੋਂ ਬਰੀਕੀ ਦੇ ਨਾਲ ਜਦੋਂ ਤੁਸੀਂ ਦੇਖਦੇ ਆ ਕਿ ਇਸ ਫੈਬਰਿਕ ਦੇ ਵਿੱਚ ਕਿੱਦਾਂ ਕਿੱਦਾਂ ਦਾ ਜਿਹੜਾ ਕੰਮ ਆ ਸੋ ਬੇਨਤੀ ਇਹ ਆ ਜਿਹੜੇ ਜਿਹੜੇ ਬੀਬੀਆਂ ਦੇਖਦੇ ਹੋਗੇ ਜ਼ਰੂਰ ਕਾਲ ਕਰਕੇ ਦੱਸੋ ਕਿ ਤੁਹਾਨੂੰ ਜਿਹੜੇ ਪੀਸ ਕਿੱਦਾਂ ਦੇ ਲੱਗੇ ਅਤੇ ਨਾਲ ਦੀ ਨਾਲ ਜੇ ਕੋਈ ਆਪਾਂ ਕਹਿ ਸਕਦੇ ਆ ਸਾਡੇ ਬਜ਼ੁਰਗ ਬਾਬੇ ਹੋ ਗਏ ਜਿਨ੍ਹਾਂ ਨੇ ਆਪਣੇ ਬੀਬੀਆਂ ਨੂੰ ਸਰਪ੍ਰਾਈਜ਼ ਕਰਨਾ ਆ ਸੂਟ ਲਈ ਤੁਸੀਂ ਸਾਡੇ ਤੋਂ ਜਿਹੜਾ ਸਲਾਹ ਲੈ ਲਿਓ ਆਪਾਂ ਤੁਹਾਨੂੰ ਦੱਸ ਦਾਂਗੇ ਬੀਬੀ ਲਈ ਕਿਹੜਾ ਸਭ ਤੋਂ ਬੈਸਟ ਆਊਟਫਿਟ ਉਹ ਜਿਹੜਾ ਬਣੂਗਾ ਓਕੇ ਮੈਂ ਦੁਪੱਟਾ ਵੀ ਦਿਖਾ ਦੂੰ ਇਹਦਾ ਕਿਰਨ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਪ੍ਰਿਟੀ ਦੁਪੱਟਾ ਹੈ ਹਨਾ ਬਹੁਤ ਸੋਹਣਾ ਕਲਰ ਹੈ ਸੱਚੀ ਕਿਰਨ ਮੈਨੂੰ ਆਹ ਵਾਲਾ ਕਲਰ ਹੈ ਨਾ ਆਹ ਤੇ ਮੇਰਾ ਫੇਵਰਟ ਹੈ ਜ਼ਿਆਦਾ ਪਸੰਦ ਹੈ ਆਪਣੇ ਵਾਲੇ ਨਾਲੋਂ ਹਨਾ ਦਾਦੀ ਨਾਲੋਂ ਕੰਪੈਰੀਸਨ ਦੇ ਵਿੱਚ ਆਹ ਵਧੀਆ ਲੱਗਦਾ ਹੈ ਨਾ ਹਾਂਜੀ ਸੋ ਰੀਲੀ ਰੀਲੀ ਨਾਈਸ ਕਲਰ ਹੈ ਵੈਰੀ ਨਾਈਸ ਮਿੰਟ ਗ੍ਰੀਨ ਬਟ ਯੂ ਗਾਟ ਮਰੂਨ ਦੇ ਨਾਲ ਬਹੁਤ ਗੁੱਡ ਫਿਨਿਸ਼ ਹੋਈ ਹੈ ਇਹਦੀ ਹੈ ਨਾ ਹਾਂਜੀ ਇਸ ਬਿਊਟੀਫੁਲ ਕੰਟਰਾਸਟ ਹੈ ਹਾਂ ਠੀਕ ਹੈ ਹੁਣ ਹੋਰ ਵੀ ਦਿਖਾਓ ਕੱਢੋ ਜੂਲਰੀ ਵੀ ਜਿਹੜਾ ਸਾਨੂੰ ਦਿਖਾ ਦਿਓ ਓਕੇ ਜੀ ਜੂਲਰੀ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਆਈ ਕੈਨ ਸ਼ੋ ਯੂ ਇੱਕ ਲੰਬਾ ਨੈਕਲੈਸ ਨਾਈਸ ਵਾਲਾ ਦਿਖਾ ਦਿਓ ਤੇ ਇੱਕ ਨਾਈਸ ਜਿਹੜਾ ਚੋਕਰ ਸੈੱਟ ਜਾਂ ਕੁਝ ਇਦਾਂ ਦਾ ਹਾਂਜੀ ਚੋਕਰ ਦੇ ਵਿੱਚ ਤੁਸੀਂ ਆਹ ਦੇਖ ਸਕਦੇ ਆ ਹਨਾ
ਕੰਮ ਹੋਇਆ ਆ ਦਿਖਾ ਦਿਓ ਕਿ ਇਹ ਪ੍ਰੋਪਰ ਜਿੱਦਾਂ ਮੀਨਾਕਾਰੀ ਕਹਿੰਦੇ ਮੀਨਾਕਾਰੀ ਹੈ ਨਾ ਸਿਲਵਰ ਬੇਸ ਜੂਲਰੀ 92.5 ਸਿਲਵਰ ਯੂਜ ਕੀਤਾ ਹੋਇਆ ਇਹਦੇ ਵਿੱਚ ਹਨਾ ਹਾਂਜੀ ਇੱਥੋਂ ਪਤਾ ਲੱਗਦਾ ਨਾਲੇ ਇੱਦਾਂ ਦੀ ਜੂਲਰੀ ਕੇ ਵੀ ਪਾਉਣ ਵਾਸਤੇ ਨਾ ਇੱਦਾਂ ਹੁੰਦਾ ਜਿਹੜੇ ਮੈਟਲ ਦੇ ਹੁੰਦੇ ਆ ਉਹ ਨਿਕਲ ਫਰੀ ਮੈਟਲ ਜਿਹੜਾ ਹੁੰਦਾ ਉਹ ਕਿੰਨਾ ਭਾਰਾ ਹੁੰਦਾ ਸਾਡੇ ਕੰਨ ਦੁਖਣ ਲੱਗ ਜਾਂਦੇ ਆਫਕੋਰਸ ਆਪਾਂ ਨੂੰ ਲੇਡੀਜ਼ ਨੂੰ ਕੁੜੀਆਂ ਨੂੰ ਪਤਾ ਹੁੰਦਾ ਕਿ ਕੰਫਰਟੇਬਲ ਬਿਲਕੁਲ ਵੀ ਨਹੀਂ ਹੁੰਦੇ ਹੈਗੇ ਪਰ ਬਿਕੋਜ਼ ਇਹ ਸਿਲਵਰ ਬੇਸਡ ਆ ਕੋਈ ਇਹਨਾਂ ਦਾ ਵੇਟ ਨਹੀਂ ਹੈਗਾ ਐਂਡ ਟੂ ਬੀ ਓਨਸ ਕਈ ਵਾਰੀ ਮੈਂ ਆਪਣੀ ਨਾ ਗੋਲਡ ਜੂਲਰੀ ਦੇ ਨਾਲ ਅਗੇਂਸਟ ਰੱਖ ਕੇ ਦੇ ਦਿੰਦੀ ਹਾਂ ਇਸ ਇਹ ਈਵਨ ਬੈਟਰ ਲੱਗ ਰਿਹਾ ਹੈ ਨਾ ਡੈਫੀਨਿਟਲੀ ਫਿਨਿਸ਼ਿੰਗ ਇਹਨਾਂ ਦੀ ਬਹੁਤ ਨਾਈਸ ਤਰੀਕੇ ਨਾਲ ਹੋਈ ਆ ਹਨਾ ਮੈਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਦੋਂ ਬਣਵਾਉਂਦੀ ਹੁੰਦੀ ਨਾ ਉਹਨਾਂ ਦੇ ਕਾਰੀਗਰਾਂ ਦੇ ਕੋਲੋਂ ਬਹੁਤ ਕਹਿੰਦੇ ਹੁੰਦੇ ਆ ਕਿ ਤੂੰ ਸਾਡਾ ਬਹੁਤ ਲਹੂ ਪੀਂਦੀ ਤੰਗ ਕਰਦੀ ਆ ਪਰ ਮੈਨੂੰ ਹੁੰਦਾ ਹੈ ਕਿ ਮੈਂ ਆਪਣੇ ਕਲਾਇੰਟ ਨੂੰ ਜਿਹੜੀ ਚੀਜ਼ ਦੇਣੀ ਆ ਜਿਹੜੀ ਮੈਂ ਚੀਜ਼ ਆਪ ਪਾਉਣੀ ਮੈਂ ਉਹੀ ਆਪਣੇ ਕਲਾਇੰਟ ਨੂੰ ਵੀ ਦੇਣੀ ਆ ਹਨਾ ਜਿਹੜੇ ਕਲਾਇੰਟ ਮੈਨੂੰ ਜਾਣਦੇ ਆ ਚਿਹਰਾ ਤੋਂ ਫੈਮਿਲੀ ਫਰੈਂਡ ਸਰਕਲ ਸਾਰਿਆਂ ਨੂੰ ਪਤਾ ਆ ਕਿ ਮੈਂ ਹਮੇਸ਼ਾ ਉਹ ਚੀਜ਼ ਦਿੰਦੀ ਹੁੰਦੀ ਜਿਹੜੀ ਮੈਂ ਆਪ ਵੀ ਪਾਉਣੀ ਹੁੰਦੀ ਮੇਰਾ ਮੈਂਟੈਲਿਟੀ ਹਮੇਸ਼ਾ ਇਹ ਰਹੀ ਆ ਹਨਾ ਕਿ ਮੈਂ ਕਦੀ ਵੀ ਉਹ ਚੀਜ਼ ਨਹੀਂ ਦੇਣੀ ਹੈਗੀ ਜਿਹੜੀ ਸਾਰਿਆਂ ਪਾਸਿਆਂ 'ਤੇ ਬਹੁਤ ਵਿਕਦਾ ਬਹੁਤ ਵਿਕਦਾ ਹੈ ਜਦੋਂ ਆਪਾਂ ਇੰਡੀਆ ਵੀ ਜਾਂਦੇ ਡਿਜ਼ਾਇਨਰਾਂ ਦੇ ਨਾਲ ਉਹ ਹਮੇਸ਼ਾ ਕਹਿੰਦੇ ਹੁੰਦੇ ਇਹ ਲਓ ਇਹ ਬਹੁਤ ਵਿਕਦਾ ਹੈ ਇਹ ਬਹੁਤ ਵਿਕਦਾ ਹੈ ਪਰ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਜਿਹੜਾ ਬਹੁਤ ਵਿਕਦਾ ਹੈ ਉਹ ਨਹੀਂ ਚਾਹੀਦਾ ਕਿਉਂਕਿ ਜਿਹੜਾ ਬਹੁਤ ਵਿਕਦਾ ਹੈ ਉਹ ਸਭੀ ਪਹਿਨਦੇ ਹੈ ਅਤੇ ਆਪਾਂ ਉਹ ਪਾਉਣਾ ਆ ਚੀਜ਼ ਜਿਹੜੀ ਕਿਸੇ ਕੋਲ ਹੈ ਨਹੀਂ ਗੀ ਅਤੇ ਜਿਹੜੀ ਕਿਸੇ ਨੇ ਨਹੀਂ ਪਾਈ ਹੋਈ ਹੈਗੀ ਹੈ ਨਾ ਹਾਂਜੀ ਓਕੇ ਜੀ ਆਹ ਵਾਲਾ ਜਿਹੜਾ ਨੈਕਲੈਸ ਹੈਗਾ ਲੌਂਗ ਨੈਕਲੈਸ ਆ ਪੀਕੋਕ ਦੇ ਵਿੱਚ ਇਹਨੂੰ ਕਹਿੰਦੇ ਹੈਗੇ ਆ ਲਾਕ ਵਰਕ ਹੈ ਨਾ ਇਹਦਾ ਕਲਰ ਹੈਗਾ ਟਰਕੁਆਇਜ਼ ਐਂਡ ਬਹੁਤ ਹਲਕਾ ਇਹਦੇ ਨਾਲ ਮੀਨਾਕਾਰੀ ਵਰਕ ਕੀਤਾ ਹੋਇਆ ਸਾਰਾ ਹੱਥ ਦਾ ਕੰਮ ਆ ਪਰਲਸ ਹੈਗੇ ਉਹਦੇ ਵਿੱਚ ਐਂਡ ਇਹਦੇ ਈਅਰਿੰਗਸ ਹੈਗੇ ਆਹ ਦੇਖੋ ਇਹਦੇ ਈਅਰਿੰਗਸ ਕਿੰਨੇ ਪ੍ਰੀਟੀ ਪੈਕਿੰਗ ਦਾ ਕੰਮ ਜਿੱਦਾਂ ਆਪਾਂ ਕਹਿੰਦੇ ਸੀ ਫਰੰਟ ਵੀ ਦਿਖਾ ਦਿਓ ਪ੍ਰੋਪਰ ਮੀਨਾਕਾਰੀ ਫਿਨਿਸ਼ ਹੋਇਆ ਬੈਕ ਤੇ ਤੇ ਆਹ ਫਰੰਟ ਆ ਐਂਡ ਅਗੇਨ ਇਹਨਾਂ ਦਾ ਕੋਈ ਵੀ ਭਾਰ ਬਿਲਕੁਲ ਨਹੀਂ ਹੈਗਾ ਬਹੁਤ ਕੰਫਰਟੇਬਲ ਹੈਗੇ ਆਪਣੇ ਕੰਨਾਂ ਦੇ ਵਿੱਚ ਪਾਉਣ ਨੂੰ ਬਿਲਕੁਲ ਵੀ ਨਹੀਂ ਲੱਗਣਾ ਹੈਗਾ ਕਿ ਤੁਹਾਨੂੰ ਆਪਾਂ ਈਅਰਿੰਗਸ ਪਾਏ ਹੋਏ ਕੰਨਾਂ ਵਿੱਚ ਹੈ ਨਾ ਤੇ ਆਪਣੇ ਕੋਲ ਅੱਗੇ ਆਹ ਆ ਗਿਆ ਰਾਜਸਥਾਨੀ ਲੁੱਕ ਦੇ ਵਿੱਚ ਆ ਗਿਆ ਨੈਕਲੈਸ ਹੈ ਨਾ ਵਿਦ ਰੀਲੀ ਨਾਈਸ ਰੈੱਡ ਨਹੀਂ ਹੈਗਾ ਕਲਰ ਇਹ ਹੈਗਾ ਕੋਰਲ ਜਿਹਾ ਕਲਰ ਹੈਗਾ ਮੈਂ ਦਿਖਾ ਦਿਓ ਹਾਂਜੀ ਹੈ ਨਾ ਕੋਰਲ ਕਲਰ ਅਤੇ ਇਹਦੇ ਨਾਲ ਬਲੂ ਦਾ ਕੰਬੀਨੇਸ਼ਨ ਲਈ ਵੀ ਰੋਇਲ ਜਿਹਾ ਬਲੂ ਦਾ ਕੰਬੀਨੇਸ਼ਨ ਇਜ਼ ਵੈਰੀ ਵੈਰੀ ਪ੍ਰੀਟੀ ਹੈ ਨਾ ਮੀਨਾਕਾਰੀ ਕੰਮ ਤੇ ਆਪਾਂ ਕਹਿ ਸਕਦੇ ਬਹੁਤ ਵਧੀਆ ਫਿਨਿਸ਼ਿੰਗ ਇੱਥੇ ਹੋਈ ਆ ਰਾਜਸਥਾਨੀ ਸਟਾਈਲ ਕਹਿੰਦੇ ਇਹਨੂੰ ਹਨਾ ਤੇ ਬਹੁਤ ਵਧੀਆ ਹੈ ਜੇ ਆਪਾਂ ਦੇਖੀਏ ਤੇ ਇੱਥੇ ਕੁੰਦਨ ਦੇ ਵੀ ਬਰੀਕ ਬਰੀਕ ਸਟੋਨ ਵਿੱਚ ਪਾਏ ਆ ਜਿਵੇਂ ਕਿ ਤੁਹਾਨੂੰ ਇੱਥੇ ਵੀ ਜਿਹੜਾ ਦਿਸਦਾ ਹੋਊਗਾ ਜਿਸ ਦੇ ਨਾਲ ਆਪਾਂ ਕਹਿ ਸਕਦੇ ਈਅਰਿੰਗ ਇੰਨਾ ਮੈਚ ਹੁੰਦੀ ਤੇ ਆਹ ਦੋਨੇ ਪੀਸ ਕੰਬਾਈਨ ਕਰਕੇ ਇਸ ਈਅਰਿੰਗ ਨੂੰ ਜਿਹੜਾ ਬਣਾਉਂਦੇ ਆ ਮੰਮੀ ਜੇ ਆਪਾਂ ਗੱਲ ਕਰੀਏ ਸਾਨੂੰ ਵੀ ਜਿਹੜੇ ਬਹੁਤ ਸਾਰੇ ਕਾਰਡ ਆਏ ਆ ਜਿਹੜੇ ਵਿਆਹ ਆਉਣ ਵਾਲੇ ਆ ਆਪਾਂ ਕਹਿ ਸਕਦੇ ਕੁਝ ਹਫ਼ਤਿਆਂ ਤੱਕ ਜਾਗੂ ਦੇ ਵੀ ਜਿਹੜੇ ਫੰਕਸ਼ਨ ਆ ਰਹੇ ਆ ਸਾਡੇ ਦਰਸ਼ਕਾਂ ਕੋਲ ਵੀ ਬਹੁਤ ਸਾਰੇ ਫੰਕਸ਼ਨ ਆਏ ਹੋਊਗੇ ਸੋ ਮੰਮੀ ਤੁਸੀਂ ਕੋਈ ਇੱਦਾਂ ਦਾ ਪੀਸ ਦਿਖਾਓ ਜਿਹੜਾ ਆਪਾਂ ਪਾ ਸਕਦੇ ਹਾਂ ਵਿਆਹ ਜਾਂ ਜਾਗੋ 'ਤੇ ਜਾਂ ਆਪਾਂ ਕਹਿ ਸਕਦੇ ਲਾਵਾਂ 'ਤੇ ਜਾਂ ਕੋਈ ਇੱਦਾਂ ਦਾ ਦਿਖਾ ਦੇ ਜਿਹੜੀ ਸਾਡੀ ਬੀਬੀਆਂ ਵੀ ਜਿਹੜਾ ਪਾ ਸਕਦੇ ਆ ਜਾਗੋ ਵਾਸਤੇ ਕਿਰਨ ਮੈਂ ਤਾਂ ਪ੍ਰੀਫਰ ਕਰਦੀ ਹਾਂ ਯੈਲੋ ਕਲਰ ਬਹੁਤ ਸੋਹਣਾ ਲੱਗਦਾ ਹੁੰਦਾ ਹਰੇਕ ਦੀ ਆਪਣੀ ਆਪਣੀ ਚੋਇਸ ਹੁੰਦੀ ਲਾਈਮ ਗ੍ਰੀਨ ਵੀ ਸੋਹਣਾ ਲੱਗਦਾ ਆ ਯੈਲੋ ਦੇ ਵਿੱਚ ਬ੍ਰਾਈਟ ਯੈਲੋ ਬਹੁਤ ਸੋਹਣਾ ਲੱਗਦਾ ਗੋਟਾ ਪੱਤੀ ਜਦੋਂ ਜਾਗ ਜਾਗੋ ਥੋੜ੍ਆ ਕਾਫੀ ਟ੍ਰੈਡੀਸ਼ਨਲ ਫੰਕਸ਼ਨ ਹੈ ਆਪਣਾ ਹੈ ਨਾ ਅਤੇ ਉਹਦੇ ਵਿੱਚ ਯੈਲੋ ਮੈਨੂੰ ਲੱਗਦਾ ਬਹੁਤ ਸੋਹਣਾ ਯੈਲੋ ਦਿਖਾ ਦਿਓ ਹਾਂਜੀ ਦਿਖਾ ਯੈਲੋ ਵਿੱਚ ਕੰਬੀਨੇਸ਼ਨ ਦੇ ਨਾਲ ਦਿਖਾ ਦਿੰਦੀ ਹਾਂ ਕਲਰ ਬਹੁਤ ਸੋਹਣਾ ਆ ਹਾਂ ਇਹ ਦੁਪੱਟਾ ਇਹ ਪਤਾ ਲੱਗ ਇੱਦਾਂ ਦੇ ਰੰਗਾਂ ਦੇ ਨਾਲ ਪਤਾ ਲੱਗਦਾ ਕਿ ਭਾਈ ਕੋਈ ਗਿਆ ਜਾਗੋ ਤੇ ਹਾਂਜੀ ਡੈਫੀਨੇਟਲੀ ਹੈ ਇਹ ਦੁਪੱਟਾ ਹੋ ਗਿਆ ਦੁਪੱਟਾ ਤੁਸੀਂ ਖੋਲ ਕੇ ਦਿਖਾ ਦਿਓ ਦੁਪੱਟੇ ਦੇ ਉੱਪਰ ਬਹੁਤ ਸੋਹਣਾ ਗੋਟੇ ਦਾ ਬੋਰਡਰ ਆ ਬਹੁਤ ਟ੍ਰੈਡੀਸ਼ਨਲ ਦੁਪੱਟਾ ਕਿਹਾ ਜਦੋਂ ਅਸੀਂ ਈਵਨ ਸਾਡੇ ਮੰਮੀ ਹੋਣੀ ਦੇ ਟਾਈਮ ਤੇ ਆ ਗੋਟੇ ਬਹੁਤ ਪਾਉਂਦੇ ਹੁੰਦੇ ਸੀ ਤੇ ਸਾਨੂੰ ਬਹੁਤ ਸੋਹਣੇ ਇਹ ਗੋਟੇ ਬਹੁਤ ਵਧੀਆ ਲੱਗਦੇ ਖਾਸ ਕਰਕੇ ਚੁੰਨੀ ਤੇ ਜਿਹੜੀ ਫਿਨਿਸ਼ਿੰਗ ਹੈ ਤੇ ਇਹਦੀ ਕਮੀਜ਼ ਦੇ ਉੱਪਰ ਵੀ ਵਰਕ ਹੋਇਆ ਇਹਦੀ ਸਲਵਾਰ ਦੇ ਉੱਪਰ ਵੀ ਵਰਕ ਹੋਇਆ ਓਕੇ ਆ ਇਹਦੀ ਸਲਵਾਰ ਦੇ ਉੱਪਰ ਵਰਕ ਆਊਗਾ ਹਾਂ ਇਹਨਾਂ ਪਤਾ ਲੱਗਦਾ ਆਪਾਂ ਜਾਗੋ ਤੇ ਗਏ ਆ ਜਾਗੋ ਵਾਲਾ ਵਰਕ ਹੈ ਨਾ ਜਿੱਦਾਂ ਸਲਵਾਰ ਦੇ ਉੱਪਰ ਕੀਤਾ ਹੋਇਆ ਹੈ ਨਾ
ਟਾਈਟ ਸਲਵਾਰ ਜਿਦਾਂ ਟਾਈਟ ਸਲਵਾਰ ਹੋ ਜਾਂਦੀ ਘੇਰੇ ਦੇ ਉੱਪਰ ਬੋਟਮ ਕਿਉਂਕਿ ਇਹਦੇ ਸਲਵਾਰਾਂ ਦੇ ਜਿਹੜਾ ਕੰਮ ਉਹ ਵੀ ਹੈਗਾ ਨਾ ਟਾਈਟ ਸਲਵਾਰ ਹੈਵੀ ਸਲਵਾਰ ਜਾਂ ਕਿਦਾਂ ਹਾਂਜੀ ਟਾਈਟ ਸਲਵਾਰ ਹੈ ਨਾ ਟਾਈਟ ਹੈਵੀ ਸਲਵਾਰ ਹੈਵੀ ਹੋ ਜਾਂਦੀ ਪੁੱਤਰ ਜਦੋਂ ਕੰਮ ਆ ਗਿਆ ਨਾ ਘੇਰੇ ਦੇ ਉਹਦੇ ਬੋਟਮ ਦੇ ਉੱਪਰ ਪਹੁੰਚਿਆਂ ਦੇ ਉੱਪਰ ਜਦੋਂ ਕੰਮ ਆ ਗਿਆ ਸਲਵਾਰ ਬਹੁਤ ਹੈਵੀ ਲੱਗਣੀ ਹੈ ਨਾ ਹਾਂਜੀ ਐਂਡ ਇਹਦੀ ਫਰੰਟ ਦੇ ਉੱਪਰ ਕਮੀਜ਼ ਦੇ ਉੱਪਰ ਵੀ ਆਖਣ ਤੁਹਾਡੀ ਸਾਈਡ ਤੇ ਚੱਲ ਗਿਆ ਇੱਧਰ ਆਹ ਕਮੀਜ਼ ਦੇ ਘੇਰੇ ਦੇ ਉੱਪਰ ਵਰਕ ਆ ਜਾਣਾ ਆ ਬਾਹਾਂ ਦੇ ਉੱਪਰ ਵੀ ਆ ਜਾਣਾ ਆ ਆਹ ਘੇਰਾ ਬਣਿਆ ਹੋਇਆ ਆ ਤੇ ਸਲੀਵਸ ਹੈਵੀ ਹੋ ਗਈਆਂ ਹਨਾ ਤੇ ਨਾਈਸ ਉੱਚੀ ਕਮੀਜ਼ ਹੈਵੀ ਸਲਵਾਰ ਦੇ ਨਾਲ ਬਹੁਤ ਸੋਹਣੀ ਲੱਗੂਗੀ ਐਂਡ ਜਦੋਂ ਫਿਰ ਤੁਸੀਂ ਦੁਪੱਟਾ ਉੱਪਰ ਲਓਗੇ ਸਾਰੇ ਗੋਟੇ ਵਰਕ ਦੇ ਨਾਲ ਫਿਰ ਤਾਂ ਚੀਜ਼ ਹੀ ਹੋਰ ਹੋ ਜਾਣੀ ਹੈ ਹਨਾ ਹਾਂਜੀ ਬਿਲਕੁਲ ਜੀ ਬਹੁਤ ਸੋਹਣਾ ਟ੍ਰੈਡੀਸ਼ਨਲ ਐਲੀਗੈਂਟ ਪੀਸ ਲੱਗੂਗਾ ਯਾਗੋ ਵਾਸਤੇ ਨਾ ਇੱਕ ਮੈਂ ਤੁਹਾਨੂੰ ਹੋਰ ਦਿਖਾਉਂਦੀ ਹਾਂ ਯੈਲੋ ਦੇ ਵਿੱਚ ਇੱਕ ਆਪਣੇ ਕੋਲ ਬਹੁਤ ਹੈਵੀ ਪੀਸ ਆ ਥੋੜ੍ਹਾ ਗੋਟਾ ਪੱਤੀ ਦਾ ਵਰਕ ਆ ਮੇਰਾ ਗੋਟਾ ਪੱਤੀ ਮੇਰਾ ਫੇਵਰੇਟ ਵਰਕ ਆ ਐਂਡ ਇਹ ਕਦੇ ਵੀ ਰਿਵਾਜ ਦੇ ਵਿੱਚ ਜਾਂਦਾ ਨਹੀਂ ਐਂਡ ਇੱਕ ਚੀਜ਼ ਹੋਰ ਤੁਹਾਨੂੰ ਦੱਸਣਾ ਚਾਹੁੰਦੀ ਸਾਰੇ ਜਿੰਨੇ ਵੀ ਆਪਣੇ ਪੀਸ ਜਿੰਨੀ ਵੀ ਆਪਣੀ ਕਲੈਕਸ਼ਨ ਵਿੱਚ ਹੈਗੀ ਆ ਮੋਸਟ ਆਫ ਦਾ ਪੀਸਿਸ ਆਪਾਂ ਕਦੀ ਵੀ ਕੱਢ ਕੇ ਪਾ ਸਕਦੇ ਹਾਂ ਮੈਂ ਕਦੀ ਵੀ ਇੱਦਾਂ ਨਹੀਂ ਰੱਖਿਆ ਕਿ ਜਿਹੜੀ ਚੀਜ਼ ਸਾਰੀ ਹੁਣ ਸਾਰੇ ਸਾਰੇ ਪਾਉਂਦੇ ਅਗੇਨ ਮੈਂ ਹੁਣੇ ਹਜੇ ਕਹਿ ਕੇ ਬੈਠੀ ਹਾਂ ਤੇ ਉਹ ਨਹੀਂ ਆਪਾਂ ਕਦੀ ਵੀ ਰਿਵਾਜ ਦੇ ਵਿੱਚ ਰੱਖੀ ਮੇਰੇ ਤੁਸੀਂ ਚੀਜ਼ ਸਟਾਕ ਕਰਦੇ ਜਿਹੜੇ ਆਪਾਂ ਕਹਿ ਸਕਦੇ ਬਾਰ ਬਾਰ ਜਿਹੜਾ ਤੁਸੀਂ ਪਾ ਸਕਦੇ ਇੱਦਾਂ ਨਹੀਂ ਕਿ ਇੱਕ ਵਾਰੀ ਜਿਹੜਾ ਸੂਟ ਜਿਹੜਾ ਰਿਵਾਜ ਵਿੱਚ ਲੈ ਤੁਸੀਂ ਉਹ ਸੂਟ ਲੈ ਕੇ ਆਉਂਦੇ ਜਿਹਨਾਂ ਦਾ ਰਿਵਾਜ ਬਾਰ ਬਾਰ ਆਉਂਦਾ ਐਲੀਗੈਂਟ ਹੋਵੇ ਪੀਸ ਚੇਤਾ ਜਿਹੜਾ ਤੂੰ ਮੇਰੇ ਕਈ ਵੀ ਸੂਟ ਕੱਢ ਕੇ ਪਾਉਂਦੀ ਹੁੰਦੀ ਮੈਂ ਤੈਨੂੰ ਕਹਿੰਦੀ ਹੁੰਦੀ ਕਿਰਨ ਇਹ ਤਾਂ ਬਹੁਤ ਪੁਰਾਣੇ ਸੂਟ ਆ 13-13, 14-14 ਸਾਲ ਪੁਰਾਣੇ ਸੂਟ ਆ ਪਰ ਹਜੇ ਵੀ ਜਦੋਂ ਆਪਾਂ ਪਾਈ ਦੇ ਆ ਤਾਂ ਸਾਰੇ ਕਹਿ ਦਿੰਦੇ ਕਿੰਨੇ ਸੋਹਣੇ ਸੂਟ ਆ ਤੁਸੀਂ ਸਾਨੂੰ ਆਹ ਵਾਲੇ ਪੀਸ ਨਹੀਂ ਦਿੰਦੇ ਤਾਂ ਫਿਰ ਮੈਂ ਕਹਿੰਦੀ ਹੁੰਦੀ ਹਾਂ ਇਹ ਤਾਂ ਬਹੁਤ ਪੁਰਾਣਾ ਪੀਸ ਆ ਨਾ ਤੇ ਹੁਣ ਤੁਹਾਨੂੰ ਮੋਰ ਨਹੀਂ ਦਿਖਾਉਂਦੇ ਆ ਮੋਰਨੀ ਮੋਰ ਨਹੀਂ ਰਾਰਾ ਕਹਿਣਾ ਸਿੱਖ ਪੁੱਤ ਮੋਰਨੀਆਂ ਬਣੀਆਂ ਹੋਈਆਂ ਪੂਰਾ ਫਰੰਟ ਕਮੀਜ਼ ਯੈਲੋ ਬ੍ਰਾਈਟ ਯੈਲੋ ਨਹੀਂ ਹੈਗਾ ਥੋੜਾ ਜਿਹਾ ਮਸਟਰਡ ਯੈਲੋ ਟੋਨ ਤੇ ਆ ਗਿਆ ਬਹੁਤ ਸੋਹਣਾ ਵਰਕ ਹੋਇਆ ਪੂਰਾ ਹੈਵੀ ਪੀਸ ਆ ਇਹ ਵਾਲਾ ਇਹਦੇ ਨਾਲ ਪਲੇਨ ਬੋਟਮ ਆਊਗਾ ਮਸਟਰਡ ਕਲਰ ਦੇ ਵਿੱਚ ਹੀ ਮਸਟਰਡ ਯੈਲੋ ਜਿਹੜਾ ਵੀ ਕਲਰ ਚਲੋ ਲਾ ਲਓ ਹਨਾ ਤੇ ਇਹਦੇ ਨਾਲ ਕੰਬੀਨੇਸ਼ਨ ਜਿਹੜਾ ਆਪਾਂ ਦੁਪੱਟੇ ਦਾ ਦਿੱਤਾ ਹੈ ਪੁੱਤ ਇੱਕ ਫੜੀ ਇੱਕ ਮਿੰਟ ਵੀ ਮੈਂ ਦਿਖਾਉਂਦੀ ਦੁਪੱਟਾ ਵੀ ਇਹਦਾ ਬਹੁਤ 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 ਹੀ ਸੋਹਣਾ ਦੁਪੱਟਾ ਆ ਵੈਰੀ ਨਾਈਸ ਨਾ ਮਿੰਟ ਗ੍ਰੀਨ ਮਿੰਟ ਤੋਂ ਵੀ ਲਾਈਟ ਹੀ ਕਲਰ ਆ ਇਹ ਵਾਲਾ ਕੰਬੀਨੇਸ਼ਨ ਆ ਇਹਦੇ ਨਾਲ ਇਹਦੇ ਨਾਲ ਇੱਦਾਂ ਕੰਬੀਨੇਸ਼ਨ ਹੈਵੀ ਦੁਪੱਟਾ ਬਣਿਆ ਹੋਇਆ ਇਹਦਾ ਹਨਾ ਐਂਡ ਮੈਂ ਸੁਜੈਸਟ ਕਰਦੀ ਹੁੰਦੀ ਹਰੇਕ ਕਲਾਇੰਟਸ ਨੂੰ ਆਹ ਚੀਜ਼ ਨੂੰ ਫਿਰ ਤੁਸੀਂ ਦੁਬਾਰਾ ਇੱਦਾਂ ਵੀ ਯੂਜ਼ ਕਰ ਸਕਦੇ ਆ ਤੇ ਫਿਰ ਇਹਦੇ ਨਾਲ ਕੀ ਸੁਜੈਸਟ ਕਰੋਗੇ ਤੇ ਇੱਕ ਕਿਹੜੀ ਫੰਕਸ਼ਨ ਤੇ ਜਿਹੜੀ ਪਾਉਣੀ ਚਾਹੀਦੀ ਹੈ ਅਗੇਨ ਜਾਗੋ ਤੇ ਪਾ ਸਕਦੇ ਆ ਕਲੋਜ਼ ਵੈਡਿੰਗ ਤੇ ਵੈਡਿੰਗ ਮਾਰਨਿੰਗ ਤੇ ਪਾ ਸਕਦੇ ਜੇ ਜਾਗੋ ਤੇ ਪਾਉਣੀ ਹੈ ਲੱਗਦਾ ਚੁੰਨੀ ਬਹੁਤ ਸੋਹਣੀ ਬੈਠੂਗੀ ਜੇ ਆਪਾਂ ਇਹ ਦੁਪੱਟੇ ਨੂੰ ਪਤਾ ਆਪਾਂ ਕਈ ਤੈਨੂੰ ਪਤਾ ਮੈਂ ਕਈ ਦੁਪੱਟੇ ਆਪਣੇ ਵੀ ਹੈਗੇ ਆ ਦੁਬਾਰਾ ਆਪਾਂ ਰਿਪੀਟ ਕਰ ਲਈਦੇ ਹੋਰ ਸੂਟ ਦੇ ਨਾਲ ਬਣਾ ਲਈਦੇ ਇੱਕ ਨਾਈਸ ਬਸ ਜੂਲਰੀ ਸੈੱਟ ਚਾਹੀਦੀ ਹੈ ਲਾਈਕ ਗ੍ਰੀਨ ਕਲਰ ਦੀ ਜਿੰਨਾ ਉਹ ਥੋੜਾ ਸਟੈਂਡਰਡ ਹੋਵੇ ਤੇ ਪੀਸ ਇਹ ਬਣ ਸਕਦੀ ਹੈ ਜੇ ਕਿਸੇ ਨੇ ਜਿੱਦਾਂ ਪਾਉਣਾ ਹੋਇਆ ਲਾਵਾਂ ਤੇ ਜਾਂ ਵੈਡਿੰਗ ਫੰਕਸ਼ਨ ਤੇ ਹੈ ਨਾ ਬਹੁਤ ਵਧੀਆ ਆ ਤੇ ਇਹਦੇ ਨਾਲ ਜਿਹੜਾ ਇਹ ਦੁਪੱਟਾ ਹੈ ਇਹਨੂੰ ਮੈਂ ਕਿੰਨੀ ਤਰ੍ਹਾਂ ਨਾਲ ਯੂਜ਼ ਕਰੂੰਗੀ ਇਹਦੇ ਨਾਲ ਮੈਂ ਇੱਕ ਪਲੇਨ ਫਰੋਕ ਬਣਵਾ ਲਊਂਗੀ ਡਿਫਰੈਂਟ ਰੰਗ ਦੇ ਵਿੱਚ ਕੰਬੀਨੇਸ਼ਨ ਕਰਕੇ ਇਹਦੇ ਨਾਲ ਕੋਈ ਵੀ ਬੇਸਿਕਲੀ ਆਪਾਂ ਇਹਨੂੰ ਕਿੰਨੀ ਵਾਰੀ ਰੀਯੂਜ਼ ਕਰ ਸਕਦੇ ਹਾਂ ਮੇਕ ਇਟ ਲੁੱਕ ਅ ਡਿਫਰੈਂਟ ਆਊਟਫਿਟ ਬਟ ਯੂਜ਼ਿੰਗ ਦ ਸੇਮ ਦੁਪੱਟਾ ਹੈ ਨਾ ਬਿਕੋਜ਼ ਆਬਵੀਅਸਲੀ ਇਟਸ ਰੀਲੀ ਨਾਟ ਟੂ ਵੇਸਟ ਚੁੰਨੀ ਹੈਵੀ ਵੀ ਹੈਗਾ ਤੇ ਬਹੁਤ ਮੈਨੇਜੇਬਲ ਵੀ ਹੈਗਾ ਇੱਦਾਂ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਜਿਹਾ ਦੇਖਣ ਵਾਲਾ ਕੋਈ ਕੱਪੜਾ ਨਹੀਂ ਦੇਖਣ ਨੂੰ ਬਹੁਤ ਭਾਰਾ ਆ ਫੁੱਲ ਰਿਹਾ ਬਟ ਸਾਂਭਣ ਵਾਸਤੇ ਬਹੁਤ ਵਧੀਆ ਸਾਂਭਣ ਨੂੰ ਬਹੁਤ ਸੌਖਾ ਆ ਗੁਰਦੁਆਰਾ ਸਾਹਿਬ ਵਿੱਚ ਜੇ ਆਪਾਂ ਲਿਆ ਹੋਵੇ ਤਾਂ ਆਪਾਂ ਜਿੱਦਾਂ ਦੁਪੱਟਾ ਮੈਂ ਤੁਹਾਨੂੰ ਲੈ ਕੇ ਦਿਖਾ ਵੀ ਦਿੰਦੀ ਹਾਂ ਬਹੁਤ ਈਜ਼ੀ ਆ ਮੈਨੇਜ ਕਰਨ ਵਾਸਤੇ ਨਾ ਜਿੱਦਾਂ ਆਪਾਂ ਲੈ ਸਕਦੇ ਨਾ ਇਸ ਤਰੀਕੇ ਦੇ ਨਾਲ ਇੱਦਾਂ ਨਹੀਂ ਕਿ ਬੀਬੀਆਂ ਦੇ ਵਾਲ ਵੀ ਨਹੀਂ ਖਰਾਬ ਹੋਣੇ ਹੈਗੇ ਕਿ ਇੰਨਾ ਭਾਰਾ ਨਹੀਂ ਹੈਗਾ ਕਿ ਕੋਈ ਭਾਰਾ ਲੱਗੂਗਾ ਜਾਂ ਇੱਦਾਂ ਕੁਛ ਕੁਛ ਨਾਈਸ ਨਹੀਂ ਨਾ ਆਪਾਂ ਕੈਸੇ ਇੱਦਾਂ ਪਿਨ ਕਰਕੇ ਹੈ ਨਾ ਇਹ ਨਹੀਂ ਬਹੁਤ ਵਧੀਆ ਪਾਰਟੀ ਤੇ ਜਾਣਾ ਹੈ ਤੁਸੀਂ ਪਿਨ ਅਪ ਕਰ ਸਕਦੇ ਹੋ ਸਾਈਡਸ ਦੇ ਉੱਪਰ ਜਾਂ ਕੁਛ ਵੀ ਹੈ ਨਾ ਤੇ ਬਹੁਤ ਸੋਹਣਾ ਪੀਸ ਹੈ ਹਨਾ ਹਾਂਜੀ
ਹੋਰ ਹੁਣ ਤੁਸੀਂ ਕਲਰ ਕਿਹੜੇ ਕਿੱਦਾਂ ਦੇ ਦੇਖਣਾ ਚਾਹੁੰਦੇ ਹੋ? ਆਪਣੇ ਕੋਲ ਬਿਊਟੀਫੁਲ ਪ੍ਰਿੰਟ ਵੀ ਹੈਗੇ ਆ। ਨਹੀਂ ਮੰਮੀ, ਨਹੀਂ ਮੰਮੀ, ਅਸੀਂ ਜਾਣਾ ਹੁਣ, ਕਿਉਂਕਿ ਜਾਣਾ ਤੂੰ? ਅਸੀਂ ਜਾਣਾ ਅਪੀਲ ਵੀ ਕਰਨੀ ਜਸਾ ਭਾਜੀ, ਕੱਲ ਰਾਤੀ ਦਾ ਜਾਗਦਾ ਵੀ ਪਿਆ, ਹਜੇ ਪਰੌਠੇ ਵੀ ਛਕਣੇ ਆ, ਪਰੌਠੇ ਪਰੌਠੇ ਵੀ ਹਰ ਵੇਲੇ ਖਾਣਾ ਖਾਣਾ ਖਾਣਾ, ਅਸੀਂ ਜਾਣਾ ਹੁਣ ਕਿਉਂਕਿ ਆਪਾਂ ਅਪੀਲ ਵੀ ਕਰਨੀ ਆ, ਪਰੌਠੇ ਵੀ ਆਪਾਂ ਜਸੇ ਭਾਜੀ ਨੂੰ ਖਿਲਾਉਣੇ ਆ, ਕੱਲ ਰਾਤ ਦਾ ਜਾਗਦਾ ਕੰਮ ਕਰਦਾ ਪਿਆ, ਸੋ ਉਹਨਾਂ ਨੂੰ ਵੀ ਬਹੁਤ ਸ਼ਾਊਟ ਆਊਟ ਬਣਦੀ ਆ। ਸੋ ਆਪਾਂ ਜਾਣਾ ਹੁਣ, ਆਵਾਂਗੇ ਅਗਲੇ ਹਫਤੇ, ਫਿਰ ਦੁਬਾਰਾ ਦੇਖਾਂਗੇ ਤੁਹਾਡੇ ਕੋਲ ਹੋਰ ਕੀ ਕੀ ਆਇਆ ਨਵਾਂ। ਤੁਸੀਂ ਕਹਿ ਰਹੇ ਸੀ ਹਜੇ ਹੋਰ ਵੀ ਜਿਹੜਾ ਸਮਾਨ ਆ ਰਿਹਾ, ਆਪਾਂ ਕਹਿ ਸਕਦੇ ਇੰਡੀਆ ਤੋਂ, ਸੋ ਆਵਾਂਗੇ ਤੁਹਾਡੇ ਕੋਲ ਮੁੜ ਕੇ, ਮਿਲਾਂਗੇ ਦੁਬਾਰਾ। ਜੇ ਤੁਹਾਨੂੰ ਇਸ ਆਪਾਂ ਕਹਿ ਸਕਦੇ ਪ੍ਰੋਗਰਾਮ ਦਾ ਲੱਗਿਆ ਤਾਂ ਤੁਹਾਨੂੰ ਕਿ ਪ੍ਰੋਗਰਾਮ ਬਹੁਤ ਵਧੀਆ, ਅਤੇ ਜਿਹੜੇ ਸਾਨੂੰ ਹੋਰ ਇੱਦਾਂ ਦੇ ਜਿਹੜੇ ਐਪੀਸੋਡ ਜਾਂ ਆਪਾਂ ਕਹਿ ਸਕਦੇ ਹਾਂ ਪ੍ਰੋਗਰਾਮ ਚਾਹੀਦੇ, ਜ਼ਰੂਰ ਕਾਲ ਕਰਕੇ ਸਾਨੂੰ ਦੱਸਿਓ। ਜਾਂ ਜੇ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਕੋਈ ਵੀ ਜਿਹੜਾ ਪੀਸ ਤੁਹਾਨੂੰ ਜਿਹੜਾ ਪਸੰਦ ਆਇਆ ਹੋਵੇਗਾ, ਜੇ ਤੁਸੀਂ ਉਸ ਬਾਰੇ ਕੋਈ ਵੀ ਜਿਹੜਾ ਜਾਣਕਾਰੀ ਦੇਣਾ ਚਾਹੁੰਦੇ ਹੋਗੇ, ਜਾਂ ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋਗੇ, ਜ਼ਰੂਰ ਸਟੂਡੀਓ ਦੇ ਵਿੱਚ ਕਾਲ ਕਰਕੇ ਤੁਸੀਂ ਸਾਡਾ ਜਿਹੜਾ ਨੰਬਰ ਲੈ ਸਕਦੇ ਹਾਂ, ਅਤੇ ਆਪਾਂ ਤੁਹਾਨੂੰ ਜਿਹੜੀ ਪੂਰੀ ਡਿਟੇਲ ਵੀ ਦੇ ਸਕਦੇ ਹਾਂ। ਜਾਂ ਕਿਉਂਕਿ ਅਸੀਂ ਜਿਹੜਾ ਬਰਮਿੰਗਮ ਇਲਾਕੇ ਵਿੱਚ ਜਿਹੜਾ ਆਪਾਂ ਸਾਡੀ ਆਪਾਂ ਕਹਿ ਸਕਦੇ ਰਹਿਸ਼ ਹੈਗੀ ਆ ਇੱਥੇ, ਪਰ ਆਪਾਂ ਕਹਿ ਸਕਦੇ ਜੇ ਤੁਹਾਨੂੰ ਤੁਸੀਂ ਆ ਕੇ ਕੋਈ ਵੀ ਜਿਹੜਾ ਪੀਸ ਦੇਖਣਾ ਚਾਹੁੰਦੇ ਹੋ, ਜਾਂ ਆਪਾਂ ਕਹਿ ਸਕਦੇ ਹਾਂ ਤੁਸੀਂ ਕਾਲ ਕਰਕੇ ਸਾਡੇ ਨਾਲ ਜਿਹੜੀ ਅਰੇਂਜਮੈਂਟ ਜਿਹੜੀ ਤੁਸੀਂ ਕਰ ਸਕਦੇ ਹੋ, ਪਰ ਚਾਹ ਮਿਲੂਗੀ ਫਿਰ ਤੁਸੀਂ ਦੱਸਿਓ ਕਿ ਚਾਹ 1 out of 10 ਕਿੰਨੀ ਸਵਾਦ ਬਣੀ। ਸੋ ਮਿਲਾਂਗੇ ਤੁਹਾਨੂੰ ਅਗਲੇ ਹਫਤੇ, ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖਣ ਲਈ। ਦੇਖਦੇ ਹਾਂ ਕੌਣ ਕਰਦਾ ਕਾਲ ਅਤੇ ਕੌਣ ਕਰਦਾ ਪਿਆਰ ਇਸ ਪ੍ਰੋਗਰਾਮ ਨੂੰ। ਸੋ ਮਿਲਾਂਗੇ ਅਗਲੇ ਹਫਤੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਦੋਨਾਂ ਵੱਲੋਂ ਤੁਹਾਨੂੰ, ਨਹੀਂ ਰੁਕ ਜਾਓ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।